ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਬੋਲਦਾ ਜੀ ਆ ਜਿਹੜਾ ਪਗਵੰਤਮਾਨ ਸਰਕਾਰ ਨੇ ਚਾ ਆਪਣਾ ਪੰਜਾਬ ਦੀ ਵਾਗਡੋਰ ਜਦੋਂ ਦੀ ਸੰਭਾਲੀ ਆ ਲਗਭਗ ਵੱਡੇ ਕਰਾਈਸਿਸ ਵੇਖਣ ਨੂੰ ਮਿਲ ਰਹੇ ਆ ਇਸ ਵੇਲੇ ਬਿਜਲੀ ਦਾ ਵੱਡਾ ਸੰਕਟ ਪੰਜਾਬ ਵਿੱਚ ਮੰਡਲਾ ਰਿਹਾ ਵਾ ਜਿਹੜੀ ਘਰਾਂ ਦੀ ਜਿਹਨੂੰ ਅਰਬਨ ਸਪਲਾਈ 24 ਘੰਟੇ ਵਾਲੀ ਕਹਿੰਦੇ ਆ ਉਹਦੇ ਤੇ ਵੀ 14-14 ਘੰਟੇ ਦੇ ਕੱਟ ਲੱਗ ਰਹੇ ਆ ਹਰ ਖੇਤੀ ਮੋਟਰਾਂ ਵਾਲੀ ਸਪਲਾਈ ਨਾ ਮਾਤਰ ਇੱਕਦਮ ਫੇਲ ਹੋਈ ਪਈ ਆ ਹੁਣ ਇਹਦਾ ਨੁਕਸਾਨ ਕਿਸਾਨਾਂ ਨੂੰ ਵੱਡੇ ਪੱਧਰ ਤੇ ਹੋਇਆ ਵਾ ਨੁਕਸਾਨ ਇਹ ਆ ਕਿ ਜਿਹੜੀਆਂ ਅਸੀਂ ਸਬਜ਼ੀਆਂ ਬੀਜੀਆਂ ਉਹ ਤਬਾਹ ਹੋ ਗਈਆਂ ਸਬਜ਼ੀ ਲਾਉਣ ਵਾਸਤੇ ਜਿਹੜੀ ਪਨੀਰੀ ਮੰਗਾਈ ਆ ਉਹ ਪਨੀਰੀ ਸਾਡੀ ਸੜ ਗਈ ਹੈਗੀ ਆ ਗੰਨੇ ਦੀ ਫਸਲ ਤਬਾਹ ਹੋ ਰਹੀ ਆ ਜਿਹੜੇ ਪੱਠੇ ਛਟਾਲਾ ਸੀਗਾ ਉਹ ਪਾਣੀ ਖਣੋਂ ਸੜ ਰਿਹਾ ਹੈਗਾ ਵਾ ਨਵੇਂ ਪੱਠੇ ਬਿਜ਼ਨਸ ਹੀ ਉਹ ਬੀਜੇ ਨਹੀਂ ਜਾ ਰਹੇ ਹੈਗੇ ਤੇ ਪਨੀਰੀ ਭਗਵੰਤ ਮਾਨ ਜੀ ਪਨੀਰੀ ਕਿੱਥੋਂ ਅਸੀਂ ਬੀਜਾਂਗੇ ਝੋਨੇ ਦੀ ਬਿਜਲੀ ਦਾ ਐਡਾ ਮੰਦਾ ਹਾਲ ਹੈਗਾ ਤੋ ਕੱਲ ਅਸੀਂ ਜਿਹੜੇ ਬਿਜਲੀ ਮੰਤਰੀ ਨੇ ਹਰਪ੍ਰਜਨ ਸਿੰਘ ਜੀ ਈਟੀਓ ਜਿਹੜਾ ਦੀ ਅੰਮ੍ਰਿਤਸਰ ਦੇ ਵਿੱਚ ਰਿਆਸ਼ ਆ ਉਹਨਾਂ ਦੀ ਕੋਠੀ ਦਾ ਅੱਗੇ ਧਰਨਾ ਮਜਾਰਾ ਕਰਕੇ ਤੇ ਮੰਗ ਪੱਤਰ ਦਵਾਂਗੇ ਸੋ ਕਿਸਾਨਾਂ ਨੂੰ ਬੇਨਤੀ ਆ ਵੀ ਸਵੇਰ 9 ਵਜੇ ਗੋਲਡਨ ਗੇਟ ਇਕੱਠੇ ਹੋਣ ਉੱਥੇ ਮਜਾਰਾ ਕਰਕੇ ਤੇ ਮੰਗ ਪੱਤਰ ਦਿੱਤਾ ਜਾਊਗਾ ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਸਰਕਾਰ ਨੇ ਕੱਲ ਖਾਦਾਂ ਤੇ ਸਬਸਿਡੀਆਂ ਵਧਾਈਆਂ ਵਾ 2500 ਕਰੋੜ ਰੁਪਏ ਵਧਾਇਆ ਚੰਗੀ ਗੱਲ ਆ ਪਰ ਹਜੇ ਸਪਸ਼ਟ ਨਹੀਂ ਕੀਤਾ ਵੀ ਜਿਹੜੇ ਰੇਟ ਵਧੇ ਸੀ 130 ਰੁਪਏ ਬੋਰੀ ਦੇ ਉਹ ਵਾਪਸ ਹੋਣੇ ਜਾਂ ਕਿ ਨਹੀਂ ਹੋਣੇ ਇਹਦੇ ਨਾਲ ਨਾਲ ਕੱਲ ਪ੍ਰਧਾਨ ਮੰਤਰੀ ਜੀ ਨੇ ਸੂਬਿਆਂ ਨੂੰ ਅਪੀਲ ਕੀਤੀ ਸੀ ਵੀ ਉਹ ਤੇਲ ਦੇ ਉੱਤੇ ਡੀਜ਼ਲ ਪੈਟਰੋਲ ਤੇ ਵੈਟ ਘੱਟ ਕਰਨ ਇਹ ਚੰਗੀ ਗੱਲ ਆ ਪਰ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹੁੰਨਾ ਵੀ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਪਹਿਲ ਕਦਮੀ ਕਰੇ ਉਹ ਘੱਟੋ ਘੱਟ 10-15 ਰੁਪਏ ਆਪ ਦਾ ਪਟਰਾ ਪਰ ਲੀਟਰ ਵੈਟ ਜਿਹੜਾ ਟੈਕਸ ਹੈ ਘੱਟ ਕਰੇ ਤਾਂ ਹੀ ਸੂਬਿਆਂ ਨੂੰ ਕਹਿਣ ਦੀ ਸਹੀ ਮਤਲਬ ਨਿਕਲਣਗੇ ਸੋ ਇਹ ਇਹ ਮੌਜੂਦਾ ਸਥਿਤੀ ਵਿੱਚ ਇੱਕ ਜਥੇਬੰਦੀ ਨੇ ਫੈਸਲਾ ਕੀਤਾ ਜੇਕਰ ਕੱਲ ਅਸੀਂ ਜਿਹੜਾ ਮੰਗ ਪੱਤਰ ਦੇਣਾ ਬਿਜਲੀ ਮੰਤਰੀ ਦੇ ਖਿਲਾਫ ਮਸਲਿਆਂ ਦਾ ਹੱਲ ਨਾ ਹੋਇਆ ਤੇ ਅੱਗੇ ਵੱਡਾ ਐਕਸ਼ਨ ਜਿਹੜਾ ਵਾ ਉਹ ਲਿਖਿਆ ਜਾਊਗਾ ਧੰਨਵਾਦ